ਦੋਸਤੋ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ HK Abreete ਉਤੇ ਤੇ ਅੱਜ ਜਿਸ ਤੁਹਾਡੇ ਦੀ 8ਵੀਂ ਜਮਾਤ ਦਾ ਜੋ ਸਾਇੰਸ ਵਿਸ਼ਾ ਪੇਪਰ ਹੁਣ ਵਾਲਾ ਉਹ ਲੈ ਕੇ ਆ ਚੁੱਕੇ ਹਾਂ ਬਹੁਤ ਫੁੱਲ ਸੋਲਵਰ ਜੇਕਰ ਤੁਸੀਂ ਆਪਣੇ YouTube ਚੈਨਲ ਤੇ ਨਵੇਂ ਹੋ ਤਾਂ ਪਹਿਚ ਨੂੰ ਸਬਸਕ੍ਰਾਈਬ ਕਰ ਦੇਣਾ ਜਿਸ ਨਾਲ ਤੁਹਾਨੂੰ ਆਪਣੀ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਮਿਲਦੇ ਰਹੇ ਚਲੋ ਚੱਲੋ ਆਪਾਂ ਪੇਪਰ ਵੱਲ ਵਧਦੇ ਆ ਪੇਪਰ ਕੋਲ 80 ਅੰਕ ਦਾ ਤੇ ਸਮਾਂ 3 ਘੰਟੇ ਦਾ ਇਹ ਕੁਝ ਜ਼ਰੂਰੀ ਹਦਾਇਤਾਂ ਨੇ ਇਹਨਾਂ ਨੂੰ ਪਹਿਲਾਂ ਪੂਰਕ ਕਰ ਲੈਣਾ ਪਾਗੂੜਾ ਇਹਦੇ ਵਿੱਚ ਕੁੱਲ 35 ਬਹੁ ਵਿਕਲਪੀ ਪ੍ਰਸ਼ਨ ਹੋਣ ਬਰ ਹਨ ਪਹਿਲਾ ਹੈਗਾ ਪ੍ਰਸ਼ਨ ਸਿਤਤਾ ਦੇਣਾ ਇੱਕ ਤੰਗ ਹੈ ਇਹਦਾ ਸਜੂ ਬੀਜਨ ਦਾ ਮਤਲਬ ਬੀ ਆਪਸ਼ਨ ਬਿਲਕੁਲ ਸਹੀ ਆ ਅਗੇ ਅਗੇ ਦੂਸਰਾ ਇਹਨਾਂ ਵਿੱਚੋਂ ਕਿਹੜਾ ਆਪਣਾ ਭੋਜਨ ਆ ਬਣਾਉਂਦਾ ਹੈ ਇਹਦਾ ਸਜੂ ਕਾਈ ਏ ਚਲੋ ਆਪਾਂ ਅੱਗੇ ਦੇਖ ਲੈਂਦੇ ਆ ਨਾ ਖਤਮ ਹੋਣ ਵਾਲਾ ਊਰਜਾ ਸਰਦਰ ਇਹਨਾਂ ਚੋਂ ਨਾ ਖਤਮ ਹੋਣ ਵਾਲਾ ਊਰਜਾ ਸਰਦਰ ਕਿਹੜਾ ਹਵਾ ਸੀ ਅੱਗੇ ਚੌਥਾ ਸੀएनजी ਦਾ ਬਲਣ ਕਿਸ ਦੀ ਉਦਾਹਨ ਹੈ ਇਹਦਾ ਸਾਨੂੰ ਤੇਜ਼ ਬਲਣ ਦੀ ਅੱਗੇ ਚੌਥ ਪੰਜਵਾਂ ਸੂਕਰਾਂ ਨੂੰ ਅਤੇ ਅੰਡੇ ਦੇ ਮੇਲ ਤੋਂ ਕੀ ਬਣਦਾ ਹੈ ਇਹਦਾ ਸਾਨੂੰ ਇਹ ਜੁਗਮਜ ਅੱਗੇ ਦੇਖ ਲੈਣੇ ਆਪਾਂ ਕੁਐਸਚਨ ਨੰਬਰ 6 ਜੈਵਿਕ ਵਿਵਹਨ ਤਦ ਦੇਵਸ ਕਦ ਦੇਵਸ ਬਣਾਇਆ ਜਾਂਦਾ ਹੈ ਕਿੰਨੇ ਤਰੀਕ ਨੂੰ ਬਣਾਇਆ ਜਾਂਦਾ ਇਹਦਾ ਸਾਨੂੰ 22 ਮਈ ਨੂੰ ਅੱਗੇ ਹੈਗਾ ਸੱਤਵਾਂ ਆਯੁਰਵੈਦਿਕ ਆਤਨਾ ਕਾਟਕਨ ਹੋਂਦ ਬਰ ਰੁਕ ਕਿਹੜਾ ਹੈ ਆਯੁਰਿੰਦੀ ਕਾੜਨਾ ਕਿ ਗਿੱਲੜਾ ਰੋਗ ਹੁੰਦਾ ਇਹ ਬਿਲਕੁਲ ਸਹੀ ਆ ਅਗਰ ਅੱਠਵਾਂ ਦਬਾਅ ਦੀ ਇਕਾਈ ਹੈ ਦਬਾਅ ਦੀ ਇਕਾਈ ਨਿਊਟਨ ਐਮ ਐਮ ਇਹ ਬਿਲਕੁਲ ਸਹੀ ਆ ਅਗਰ ਨੌਵਾਂ ਕਿਹੜੀ ਰਗੜ ਦੀ ਮਾਤਰਾ ਸਭ ਤੋਂ ਜ਼ਿਆਦਾ ਹੁੰਦੀ ਹੈ ਕਿਹੜੀ ਰਗੜ ਦੀ ਮਾਤਰਾ ਸਭ ਤੋਂ ਜ਼ਿਆਦਾ ਹੁੰਦੀ ਹੈ ਸਥਿਤਿਕ ਰਗੜ ਦੀ ਸੀ ਬਿਲਕੁਲ ਸਹੀ ਆ ਅਗਰ ਦਸਮਾਂ ਤੁਨੀ ਦੇਸ਼ ਵਿੱਚੋਂ ਸੰਚਾਰ ਕਰ ਸਕਦੀ ਹੈ ਇਹਨਾਂ ਸਜੂਆ ਥੋਸ ਤਰਲ ਅਤੇ ਗੈਸਾਂ ਸਾਰੀਆਂ ਵਿੱਚੋਂ ਅੱਗੇ 11ਵਾਂ ਲੋਹੇ ਉੱਤੇ ਕਿਸ ਧਾਤ ਦੀ ਪਰਤ ਚੜਾਉਣ ਨੂੰ ਗੈਲਵੇਨਾਈਜੇਸ਼ਨ ਕਹਿੰਦੇ ਹਨ ਇਹਦਾ ਅਨਸਰ ਆ ਜੁਆ ਮਤਲਬ ਜੋ ਲੋਹੇ ਦੇ ਪਰਤੇ ਚੜਾਉਣ ਨੂੰ ਕਹਿੰਦੇ ਨੇ ਜ਼ਿੰਕ ਜਾਂ ਜਿਸਟ ਦੀ ਸੀ ਆਪਸ਼ਨ ਬਿਲਕੁਲ ਸਹੀ ਆ ਅੱਗੇ 12ਵਾਂ ਇਹਨਾਂ ਦਾ ਸਥਾਨਾਂਤਰਿਕਨ ਚਾਰਜ ਪੈਦਾ ਹੁੰਦਾ ਹੈ ਇਹ ਇਹ ਇਲੈਕਟ੍ਰੋਨ ਹੁੰਦੇ ਨੇ ਇਹ ਸਹੀ ਆ ਅੱਗੇ 13ਵਾਂ ਇਸ ਦੀ ਸਹਾਇਤਾ ਨਾਲ ਸੁੰਦਰ ਪੈਟਰਨ ਬਿਖੇ ਜਾ ਸਕਦੇ ਹਨ ਇਹਦਾ ਅਨਸਰ ਆ ਜੋ ਕਲਾਈਡ 200 ਕੋਪ ਅਗਰ ਦੇਖ ਲੈਨੇ ਆਪਾਂ ਕੁਐਸਚਨ ਨੰਬਰ 14 ਕਿਸ ਦੀ ਤਿਆਰੀ ਲਈ ਗੰਦੋਵੇ ਦੀ ਬਲਤੂ ਕੀਤੀ ਜਾਂਦੀ ਹੈ ਇਹਦਾ ਸਹੀ ਜਵਾਬ ਬਲਮੀ ਕੰਪੋਸਟ ਦੀ ਅੱਗੇ 15ਵਾਂ ਦੋ ਖੰਡਨ ਵਿਧੀ ਬੱਪਲ ਦੀ ਹੈ ਇਹਦਾ ਸਹੀ ਜਵਾਬ ਅਮੀਬਾ ਵਿੱਚ ਬੀ ਉਸ ਦਾ ਵੀ ਕੋ ਸਹੀ ਆ ਅੱਗੇ ਅੱਗੇ ਕਾਲਮ A ਦਾ A ਦਾ B ਨਾਲ ਮਿਲਾਨ ਕਰੋ ਮਤਲਬ ਮਿਲਾਨ ਚ ਨਾ ਅਗੇ ਪਹਿਲਾ ਹੈਗਾ ਬਾਜੂਮੰਦ ਦਾ ਦਬਾਅ ਇਹ ਆ ਜੂਆ ਬਲ ਅਤੇ ਖੇਤਰਫਲ ਨਾਲ ਇਸ ਪੱਕਾ ਤੁਸੀਂ ਮਿਲਾ ਲਿਓ ਅੱਗੇ ਪੈਨਕ੍ਰੀਆਸ ਪੈਨਕ੍ਰੀਆਸ ਆ ਜੂਆ ਇਨਸੁਲਿਨ ਨਾ ਅੱਗੇ ਕੰਚ ਕੰਚ ਆ ਜੂਆ ਨਾ ਜਲੰਸ਼ਿਲ ਤਬ ਅੱਗੇ ਇੱਕ ਹਨੇਰੇ ਦਾ ਜੀਵ ਹੈ ਉੱਲੂ ਐਚ ਐਚ ਆਈ ਵੀ ਦਾ ਮਤਲਬ ਇੱਕ ਹੀ ਵਾਇਰਸ ਹੁੰਦਾ ਇਸ ਪਕਾਇ ਮਿਲਾਂਜਨ ਤੁਸੀਂ ਕਰ ਲੈਨੇ ਹਨ ਅੱਗੇ ਆ ਕੇ ਖਾਲੀ ਥਾਂ ਪਰਵਾਸੀ ਪਰਵਾਸੀ ਪੰਛੀ ਭਾਰਤ ਵਿੱਚ ਰੁੱਤ ਦੇ ਅਸ ਵਿੱਚ ਆਉਂਦੇ ਹਨ ਤੇ ਰੁੱਤ ਵਿੱਚ ਆਉਂਦੇ ਨੇ ਸਰਦੀ ਦੀ ਰੁੱਤ ਵਿੱਚ ਇਹ ਆਜੂ ਪਹਿਲੇ ਚ ਅਗਰ ਦੂਸਰਾ ਦੇਸ਼ਲਾਤ ਸਭ ਤੋਂ ਗਰਮ ਹੁੰਦੀ ਹੈ ਇਹਦਾ ਸਜੂ ਆ ਬਾਹਲੀ ਪਾਗਦੀ ਇਹ ਆਜੂ ਦੂਜੇ ਚ ਅਗਰ ਦੇਖ ਲੈਨੇ ਆਪਾਂ ਦੋਨਾਂ ਹੱਥਾਂ ਨੂੰ ਰਗੜਨ ਰਗੜਨ ਨਾਲ ਰਗੜ ਕਾਣ ਦੇਸ਼ ਪੈਦਾ ਹੁੰਦਾ ਹੈ ਇਹਦਾ ਸਜੂ ਤਾਪ ਇਹ ਦੋ ਲਿਖ ਕੇ ਦਿਖਾ ਦਨੇ ਆ ਇਹਦਾ ਅਨਸਰ ਆਜੂ ਤਾਪ ਅਗਰੇ ਦੇ ਗਤੀਸ਼ੀਲ ਹਵਾ ਨੂੰ ਦੇਸ਼ ਕਹਿੰਦੇ ਹਨ ਪੌਨ ਅਗਲਾ ਹੈਗਾ ਸਰਦੀਆਂ ਵਿੱਚ ਸਰਦੀਆਂ ਵਿੱਚ ਬੀਜੇ ਜਾਣ ਵਾਲੇ ਫਸਲਾਂ ਨੂੰ ਡੈਸ਼ ਡੈਸ਼ ਦੀਆਂ ਫਸਲਾਂ ਕਹਿੰਦੇ ਹਨ ਇਹਦਾ ਸਹੀ ਜਵਾਬ ਰਬੀ ਉਹਨਾਂ ਰਬੀ ਫਸਲਾਂ ਕਹਿੰਦੇ ਨੇ ਅਗਲਾ ਆ ਗਿਆ ਡੈਸ਼ ਵਰਗੇ ਉੱਲੀਏ ਭੋਜਨ ਵਿੱਚ ਵਿਸ਼ੇਲਾਪਣ ਕਲਦੇ ਹਨ ਇਹਦਾ ਸਹੀ ਜਵਾਬ ਐਂਪ੍ਰਿਗਸ ਗਲਸ ਆਪਾਂ ਇਹ ਲਿਖ ਕੇ ਦਿਖਾ ਦਨੇ ਤੁਹਾਨੂੰ ਐਮ ਐਂਪ੍ਰਿ ਅਗਰ ਗਲਸ 50ਤਾ ਪਨੇ ਅਗਰ ਹੈ ਕੋਲੇ ਨੂੰ ਹਵਾ ਵਿੱਚ ਜਦੋਂ ਉਪਲੰਤ ਦੇਸ ਗੈਸ ਪੈਦਾ ਹੁੰਦੀ ਹੈ ਇਹਨਾਂਸ ਅਜੂਆ ਕਾਰਬਨ ਪੈਦਾ ਹੁੰਦੀ ਆ ਅੱਗੇ ਹਲਤਜ ਡੈਸ਼ ਦੀ ਇਕਾਈ ਹੈ ਇਹਨਾਂਸ ਰਾਜੂ ਆਬਿਲਟੀ ਦੀ ਆਬਿਲਟੀ ਅੱਗੇ ਆ ਮਤ ਉਹ ਮਤਲਬ ਅੰਤਰੀ ਸਾਬੀ ਗ੍ਰੰਥੀਆਂ ਹਾਰਮਨ ਨੂੰ ਸਿੱਧੇ ਦੇਸ਼ ਵਿੱਚ ਛੱਡਦੇ ਹਨ ਕਿਤੇ ਸਾਡੇ ਦੇ ਨੇ ਲਹੂ ਵਿੱਚ ਅਗੇ ਬਿਜਲੀ ਤੈਸਟਰ ਬਿਜਲੀ ਧਾਰਾ ਦੇ ਦੇਸ਼ ਪ੍ਰਵਾਹ ਦੀ ਬਲ ਤੋਂ ਕਰਦਾ ਹੈ ਇਹਨਾਂ ਸਰਜੂ ਤਾਪਨ 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 ਪ੍ਰਭਾਵ ਦੀ ਅਗੇ ਸਹੀ ਗਲਤ ਆਗੇ ਇਹ ਵੀ ਚਲਤ ਨੂੰ ਆਪ ਕਰਵਾ ਦਿੰਨੇ ਆ 31 ਮਾ ਹੈਗਾ ਸੀਐਨਜੀ ਡਿਜੀਟਲ ਡੀਜ਼ਲ ਨਾਲੋਂ ਵਧੀਆ ਨਾਲੋਂ ਬਥੇਰੇ ਪ੍ਰਦੂਸ਼ਣ ਕਰਦੀ ਹੈ ਇਹ ਬਿਲਕੁਲ ਗਲਤ ਆ ਜੋ ਸੀਐਨਜੀ ਆ ਉਹ ਡੀਜ਼ਨਰੋ ਵੱਧ ਪ੍ਰਦੂਸ਼ਣ ਨਹੀਂ ਕਰਦੀ ਅਗੇ ਬੱਤੀ ਮੈਂ ਅੰਡੇ ਦੇਣ ਵਾਲੇ ਜੰਤੂਆਂ ਨੂੰ ਅੰਡਜ ਕਹਿੰਦੇ ਹਨ ਇਹ ਬਿਲਕੁਲ ਸਹੀ ਆ ਅਗੇ ਤੀਰ ਅਤੇ ਸਨੇਹਕ ਲਗਾਉਣ ਨਾਲ ਰਗੜ ਘੱਟ ਜਾਂਦੀ ਹੈ ਇਹ ਬਿਲਕੁਲ ਹੀ ਮਤਲਬ ਜੋ ਹੈ ਗਲਤ ਆ ਅਗੇ ਬਿਜਲੀ ਮੁਲਮਕਾ ਨੇ ਬਿਜਲੀ ਧਾਰਾ ਦੇ ਤਾਪਨ ਪਰਭਾਵ ਦੀ ਬਲਤੋਂ ਨਾਲ ਹੁੰਦਾ ਹੈ ਇਹ ਵੀ ਗਲਤ ਆ ਅਗੇ ਆਕਾਸ਼ ਬਿਜਲੀ ਸਮੇਂ ਛਤਰੀ ਦੀ ਨ ਵਰਤੋ ਨਾ ਕਰੋ ਇਹ ਬਿਲਕੁਲ ਹੀ ਸਹੀ ਆ ਤੇ ਚਲੋ ਆ ਦੋ ਦੋ ਅੰਕਾਂ ਦੇ ਕੁਐਸਚਨ ਤੁਸੀਂ ਚੈੱਕ ਆਊਟ ਕਰ ਸਕਦੇ ਕਿਰਕ ਕੁਐਸਚਨ ਹਨ ਇਹਨਾਂ ਸੋਲੂਸ਼ਨ ਵੀ ਤੁਹਾਨੂੰ ਕਰਵਾ ਦਿੰਨੇ ਆ ਤੇ ਚਲੋ ਆਪਾਂ ਇਹਨਾਂ ਕੁਐਸਚਨ ਦੇ ਆਨਸਰ ਤੁਹਾਨੂੰ ਕਰਵਾ ਦਿੰਨੇ ਆ ਚਲੋ ਆਪਾਂ ਦੋ ਦੋ ਅੰਕਾਂ ਦੇ ਪਹਿਲੇ ਕੁਐਸਚਨ ਕਰ ਲੈਨੇ ਇਹਨਾਂ ਚ ਕੁਝ ਤੁਸੀਂ ਕੋਈ 12 ਕੁਐਸਚਨ ਕਰਨੇ ਹਨ ਪਹਿਲੇ ਕੁਐਸਚਨ 'ਚ ਆਪਣੇ ਨੂੰ ਨਦੀਨ ਕੀ ਹੁੰਦਾ ਹੈ ਕੋਈ ਦੋ ਨਦੀਨ ਦੇ ਨਾਮ ਲਿਖੋ ਇਹਦਾ ਆਨਸਰ ਆ ਸੀ ਦੇਖ ਲਓ ਤੁਸੀਂ ਮੁੱਖ ਫਸਲ ਦੇ ਨਾਲ ਕੁਝ ਬਿਰੋੜੇ ਪਰਦੇ ਉੱਗ ਜਾਂਦੇ ਹਨ ਜਿਨ੍ਹਾਂ ਨੂੰ ਨਦੀਨ ਕਹਿੰਦੇ ਹਨ ਨਦੀਨ ਦੇ ਨਾਮ ਹੈਗੇ ਨੇ ਜੁਲਾਈ ਅਤੇ ਬਾਥੂ ਜੁਲਾਈ ਜੁਲਾਈ ਕਿਹਸੇ ਦਾ ਪਾ ਅਤੇ ਬਾਥੂ ਇਹ ਦੋ ਨਾਮ ਲਿਖ ਦਿਓ ਤੁਹਾਡੇ ਦੋ ਅੰਕ ਪੱਕੇ ਹੋ ਜਾਣਗੇ ਕੁਐਸਚਨ ਨੰਬਰ 3 ਮਤਲਬ ਅਭੀ ਨਦੀਨ ਦੇ ਕਟ ਕੱਢਣ ਦੇ ਤੰਗ ਮਤਲਬ ਹੱਥ ਨਾਲ ਪੁੱਟਕ ਹੱਥ ਨਾਲ ਪੁੱਟ ਕੇ ਕੱਢਣਾ ਪੱਖੇ ਨਾਲ ਪੁੱਟ ਕੇ ਕੱਢਣਾ ਇਹ ਕੁਐਸਚਨ ਨੰਬਰ 3 ਸੀ ਆਪਣੇ ਕੋ ਪਸ਼ੂਆਂ ਵਿੱਚ ਜੀਵਨ ਨੂੰ ਨਾਲ ਹੋਣ ਵਾਲੇ ਰੋਗਾਂ ਦੇ ਨਾਮ ਐਥਰੇਕਸ ਅਤੇ ਤਪੈਦਿਕ ਮਤ ਤੀ ਵੀ ਕਹਿੰਦੇ ਆਪਾਂ ਅਗੇ ਜਲਨ ਜਲਨ ਦੀਆਂ ਆਪਸ ਇਥੀਆਂ ਦੀ ਸੂਚੀ ਬਣਾਓ ਇਹਦਾ ਸਾਰਜੋ ਜਲਨ ਸੀ ਪਦਾਰਥ ਦਾ ਹੋਣਾ ਜਲਨ ਵਿੱਚ ਸਹਾਇਕ ਪਦਾਰਥ ਦਾ ਹੋਣਾ ਅਤੇ ਹਵਾ ਤੇ ਆਕਸੀਜਨ ਦਾ ਜਲਨ ਸੀ ਪਦਾਰਥ ਨੂੰ ਉਸਦੇ ਜਲਨ ਤਾਪਨ ਤਾਪਨ ਤੱਕ ਗਰਮ ਕਰਨਾ ਕੁਐਸਚਨ ਨੰਬਰ 25 ਸੀ ਜੰਗਲਾਂ ਨੂੰ ਨਸ਼ਟ ਕਰਨ ਨਸ਼ਟ ਜੰਗਲਾਂ ਦੇ ਨਸ਼ਟ ਹੋਣ ਦੇ ਦੋ ਕੁਦਰਤੀ ਕਾਰਨ ਲਿਖੋ ਪਹਿਲੇ ਹੈਗਾ ਪਾਰੀ ਬਸਤ ਅਤੇ ਬਰਫਵਾਰੀ ਕਾਰਨ ਕਾਰਨ ਤੋਂ ਖਿਸਕਾ ਹੁੰਦਾ ਖਿਸਕਣ ਹੁੰਦਾ ਹੈ ਜਿਸ ਨਾਲ ਜੰਗਲ ਨਸ਼ਟ ਹੋ ਜਾਂਦੇ ਹਨ ਅਗੇ ਪੌਦਿਆਂ ਅਤੇ ਨਦੀਆਂ ਵਿੱਚ ਵਿਦੇਸ਼ੀ ਪ੍ਰਜਾਤੀਆਂ ਵੀ ਬਨਾਂ ਨੂੰ ਨਸ਼ਟ ਕਰਦੇ ਹਨ ਇਹ ਕੁਐਸਚਨ ਨੰਬਰ 26 ਮੈਂ ਹੈਗਾ ਨਿਸ਼ਚਨ ਕਿਰਿਆ ਦਾ ਬੰਧਨ ਕਰੋ ਬਾਹਰੀ ਨਿਸ਼ਚਨ ਅਤੇ ਅੰਦਰੂਨੀ ਨਿਸ਼ਚਨ ਵਿੱਚ ਅੰਤ ਦੱਸੋ ਪਹਿਲਾ ਨਿਸ਼ਚਨ ਕਿਰਿਆ ਨਯ ਜੁਗਮਕ ਅਤੇ ਮਾਦਾ ਜੁਗਮੋ ਦੇ ਸੰਜੋਜਨ ਨੂੰ ਨਿਸ਼ਚਨ ਕਿਰਿਆ ਕਹਿੰਦੇ ਹਨ ਨਿਸ਼ਚਿਤਨ ਤੋਂ ਬਾਅਦ ਜੁਗਮਜ ਬਣਦਾ ਹੈ ਜਿਹੜਾ ਪਰੂਣ ਵਿੱਚ ਵਿਕਸਿਤ ਹੋ ਜਾਂਦਾ ਹੈ ਇੰਨੇ ਵਿਚੰਤਰ ਇੰਨੇ ਤੁਸੀਂ ਕੋਈ ਇੱਕ ਇੱਕ ਜਾਂ ਦੋ ਦੋ ਅੰਤਰ ਲਿਖਦੇ ਨੇ ਪਹਿਲਾ ਹੈਗਾ ਅੰਦਰੂਨੀ ਨਿਸ਼ਚਿਤਨ ਇਹ ਤੁਸੀਂ 2 5 ਸੋਲੋ ਮਾਧਾ ਦੇ ਸਰੀਰ ਦੇ ਅੰਦਰ ਹੋਣ ਵਾਲੇ ਨਿਸ਼ਚਿਤਕਿਆਂ ਨੂੰ ਅੰਦਰੂਨੀ ਨਿਸ਼ਚਿਤਨ ਕਿਹਾ ਜਾਂਦਾ ਹੈ ਮਤਲਬ ਅੱਗੇ ਮਾਧਾ ਦੇ ਸਰੀਰ ਦੇ ਬਾਹਰ ਹੋਣ ਵਾਲੇ ਨਿਸ਼ਚਿਤਨ ਨੂੰ ਬਾਹਰੀ ਨਿਸ਼ਚਿਤਨ ਕਿਹਾ ਜਾਂਦਾ ਹੈ ਅੰਦਰੂ ਅੰਦਰੂਨੀ ਨਿਸ਼ਚਿਤਨ ਦਾ ਇੱਕ ਪੁਆਇੰਟ ਹੈਗਾ ਇਸੇ ਤਰ੍ਹਾਂ ਦੇ ਨਿਸ਼ਚਿਤਨ ਕਿਰਿਆ ਵਿੱਚ ਨਰ ਦੁਆਰਾ ਸੁਕਰਾਨੂ ਨੂੰ ਮਾਧਿਅਮ ਦੇ ਸਰੀਰ ਵਿੱਚ ਅੰਦਰ ਸੱਦਿਆ ਜਾਂਦਾ ਹੈ ਮਤਲਬ ਬਾਹਰੀ ਨਿਸ਼ਚੇਨ ਦੇ ਵਿੱਚ ਇਸੇ ਤਰ੍ਹਾਂ ਦੇ ਨਿਸ਼ਚੇਨ ਕਿਰਿਆ ਵਿੱਚ ਸੁਕਰਾਨੂ ਨੂੰ ਖੁੱਲੇ ਵਿੱਚ ਸੱਦਿਆ ਜਾਂਦਾ ਹੈ ਕਵੈਸਚਨ ਨੰਬਰ 7 ਪ੍ਰੂਡਵਸਥਾ ਸਮੇਤ ਲੜਕੀਆਂ ਵਿੱਚ ਹੋਣ ਬਾਰੇ ਚਾਰ ਪਰਿਵਰਤਨਾਂ ਸੂਚੀ ਬਣਾਓ ਇਹਨਾਂ ਸਜੂਆ ਪਹਿਲਾ ਲੜਕੀਆਂ ਦੇ ਅੰਡਕੋਸ਼ ਵਿੱਚ ਅੰਡਾ ਨੂੰ ਉਤਪਨ ਹੋਣੇ ਸ਼ੁਰੂ ਹੋ ਜਾਂਦੇ ਹਨ ਅੰਡਕੋਸ਼ ਦੇ ਐਸਟਰੋਜਨ ਅਤੇ ਪ੍ਰੋਜੈਸਟੋਨ ਹਾਰਮੋਨ ਉਤਪਨ ਹੋਣ ਲੱਗ ਪੈਂਦੇ ਹਨ ਲੜਕੀ ਦੀ ਆਵਾਜ਼ ਹਲਕੇ ਤੇ ਮਿੱਠੀ ਹੋ ਜਾਂਦੀ ਹੈ ਗੁਪਤ ਅੰਗਾਂ ਤੇ ਬਲ ਆ ਜਾਂਦੇ ਹਨ ਇਹ ਪੁਆਇੰਟ ਲਿਖ ਦਿਓ ਚਾਰ ਅਗਠਵਾ ਕਾਗਜ਼ ਦਾ ਕੱਪ ਆਪ ਆਪ ਆਸਾਨੀ ਨਾਲ ਅੱਗ ਫੜ ਲੈਂਦਾ ਹੈ ਪਰ ਜਦੋਂ ਇਸ ਵਿੱਚ ਪਾਣੀ ਪਾਇਆ ਜਾਂਦਾ ਹੈ ਤਾਂ ਆਸਾਨੀ ਨਾਲ ਅਗਨ ਨਹੀਂ ਫਲਦਾ ਵਿਆਖਿਆ ਕਰੋ ਇਰਾਸਾ ਜੂਆ ਕਾਗਜ਼ ਦੇ ਕਾਪ ਨੂੰ ਦਿੱਤੀ ਜਾਣ ਵਾਲੀ ਗਰਮੀ ਵਿਧੀ ਦੁਆਰਾ ਪਾਣੀ ਵਿੱਚ ਚਲੀ ਜਾਂਦੀ ਹੈ ਇਸ ਲਈ ਪਾਣੀ ਦੀ ਹੋਰ ਵਿੱਚ ਗਰਮੀ ਕਾਰਨ ਗਰਮਿਕ ਕਾਗਜ਼ ਦੇ ਜਲਨ ਤਾਂ ਆਪਨ ਤੱਕ ਨਹੀਂ ਪਹੁੰਚ ਪਾਉਂਦੀ ਇਸ 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 ਲਈ ਉਹ ਬਾਲਦਾ ਨਹੀਂ ਅਗੇ ਕੁਐਸਚਨ ਨੰਬਰ 9 ਰਗੜ ਬਲ ਦੀ ਪਰਿਭਾਸ਼ਾ ਦਿਓ ਰਗੜ ਬਲ ਦੇ ਦੇ ਦੋ ਤੰਗ ਦੱਸੋ ਰਗੜ ਬਲ ਉਹ ਬਲ ਜੋ ਸੰਪਰਕ ਵਿੱਚ ਰੱਖੇ ਦੋ ਤਰ੍ਹਾਂ ਦੇ ਵਿੱਚ ਸਾਕੇਪਤ ਗਤੀ ਦਾ ਵਿਰੋਧ ਕਰਦਾ ਹੈ ਉਸ ਨੂੰ ਰਗੜ ਬਲ ਕਹਿੰਦੇ ਹਨ ਇਹ ਦੋਮਾ ਤਰ੍ਹਾਂ ਦੇ ਕਾਰਜ ਕਰਦਾ ਹੈ ਰਗੜ ਬਲ ਵਧਾਉਂਦੇ ਕੋਈ ਦੋ ਤੰਗ ਪਹਿਲਾ ਹੈਗਾ ਸੰਪਰਕ ਵਿੱਚ ਆਉਣ ਵਾਲੀਆਂ ਸਤਾਮ ਨੂੰ ਖੁਦਰਾ ਬਣਾ ਕੇ ਸਤਾਮ ਉਤੇ ਚੜੀਆ ਬਣਾ ਕੇ ਅਗੇ ਕੁਐਸਚਨ ਨੰਬਰ ਹੈਗਾ 10 ਲਿੰਗੀ ਅਲਿੰਗੀ ਭਜਨ ਅਤੇ ਲਿੰਗੀ ਭਜੇ ਵਿੱਚ ਅੰਤਰ ਆ ਦੇਖ ਲਓ ਇਹ ਤਾਂ ਬੋਸੇ ਅੰਤਰ ਲਿਖਾਈ ਨਹੀਂ ਪਹਿਲੇ ਹੈਗਾ ਅਲਿੰਗੀ ਪ੍ਰਜਨ ਇਹਦੇ 3.1 2 ਪੁਆਇੰਟ ਯਾਦ ਕਰ ਲਓ ਕਿਉਂਕਿ ਦੋ ਅੰਕ ਰਹੀ ਆਊਗਾ ਇਸ ਵਿੱਚ ਕੇਵਲ ਇੱਕ ਹੀ ਜੀਵ ਹੀ ਬਸ ਚਲਾ ਸਕਦਾ ਹੈ ਲਿੰਗੀ ਸੈੱਲ ਭਾਵ नर युग्ਮ ਅਤੇ ਮਾਦਾ युग्ਮਣ ਨਹੀਂ ਬਣਾ ਸਕਦੇ ਅਗਲੀ ਲਿੰਗੀ ਵਿੱਚ ਇਸ ਤਰ੍ਹਾਂ ਦੇ ਪ੍ਰਜਨ ਵਿੱਚ नर ਅਤੇ ਮਾਦਾ ਦੋਵੇਂ ਜੀਵਨ ਦੀ ਲੋੜ ਪੈਂਦੀ ਹੈ ਇਸ ਤਰ੍ਹਾਂ ਦੇ ਲਿੰਗੀ ਸੈੱਲ ਲਿੰਗੀ ਸੈੱਲ ਅਤੇ ਮਾਦਾ ਜੁਗਮਜ ਬੰਦੇ ਹਨ ਲਿਖ ਦੇਣਾ ਹੈ ਕਿ ਤੁਸੀਂ ਨੇ ਪ੍ਰਸ਼ਨ ਨੰਬਰ 11 ਖਾਣ ਵਾਲੇ ਖਾਣ ਵਾਲੇ ਉਹਨਾਂ ਪਦਾਰਥਾਂ ਦੇ ਨਾਮ ਦੱਸੋ ਜਿਹੜੇ ਕਿਸ਼ੋਰ ਅਵਸਥਾ ਦੇ ਲਈ ਲਾਭਦਾਇਕ ਹੁੰਦੇ ਹਨ ਸੰਤੁਲਿਤ ਭੋਜਨ ਕੀ ਹੈ ਕਿਸ਼ੋਰ ਵਿੱਚ ਰੂਟੀ ਦਾਲਾਂ ਸਬਜ਼ੀਆਂ ਦੁੱਧ ਅਤੇ ਸੰਤੁਲਿਤ ਭੋਜਨ ਆਦਿ ਖਾਣ ਲਈ ਖਾਣ ਵਾਲੇ ਲਾਭਦਾਇਕ ਪਦਾਰਥਨ ਸੰਤੁਲਿਤ ਭੋਜਨ ਇੱਕ ਅਜਿਹਾ ਭੋਜਨ ਜਿਸ ਵਿੱਚ ਪ੍ਰੋਟੀਨ ਕਾਰਬੋਹਾਈਡਰੇਟ ਚਰਬੀ ਵਿਟਾਮਿਨ ਅਤੇ ਖਣਿਜ ਸਹੀ ਮਾਤਰਾ ਵਿੱਚ ਮੌਜੂਦ ਹੁੰਦੇ ਹਨ ਉਹਨਾਂ ਨੂੰ ਸੰਤੁਲਿਤ ਭੋਜਨ ਕਿਹਾ ਜਾਂਦਾ ਹੈ ਰਗੜ ਇੱਕ ਜ਼ਰੂਰੀ ਬੁराई ਹੈ ਇਸ ਕਥਨ ਦੀ ਵਿਆਖਿਆ ਕਰੋ ਰਗੜ ਇੱਕ ਮਿੱਤਰ ਹੈ ਕਿਉਂਕਿ ਇਹ ਸਾਨੂੰ ਧਰਤੀ ਦੀ ਸਲਤਾ ਤੇ ਚੱਲਣ ਵਿੱਚ ਸਹਾਇਤਾ ਕਰਦਾ ਹੈ ਇਹ ਵੱਖ-ਵੱਖ ਵਸਤੂਆਂ ਦੇ ਪਕੜ ਅਤੇ ਕੈਂਚ ਕਰਨ ਵਿੱਚ ਸਹਾਇਤਾ ਕਰਦੀ ਹੈ ਰਗੜ ਦੇ ਕਾਰਨ ਹੀ ਅਸੀਂ ਪੈਨ ਅਤੇ ਪੈਂਸਲ ਨਾਲ ਲਿਖ ਸਕਦੇ ਹਾਂ ਰਗੜ ਦੇ ਕਾਰਨ ਸਾਰੀਆਂ ਮਸ਼ੀਨਾਂ ਚੱਲਦੀਆਂ ਹਨ ਰਗੜ ਦੇ ਕਾਰਨ ਹੀ ਸਾਰੇ ਬਾਹਰ ਸੜਕਾਂ ਉੱਤੇ ਚੱਲਦੇ ਹਨ ਅਗਰ ਮਤੀ ਦਾ ਦੁਸ਼ਮਣ ਹੈ ਰਗੜੇ ਇੱਕ ਦਸ਼ਮਣ ਕਿਉਂਕਿ ਰਗੜ ਦੇ ਕਾਰਨ ਬੀਪੀਨ ਵਸਤੂਆਂ ਅਤੇ ਬੀਪੀਨ ਮਸ਼ੀਨਾਂ ਦੇ ਪੁਰਜ਼ੇ ਟੁੱਟ ਜਾਂਦੇ ਹਨ ਸਾਰੀਆਂ ਰਗੜੀ ਸਾਰੀ ਰਗੜੀ ਸੀਟ ਵਸਤੂਆਂ ਦੀ ਦੇਖਭਾਲ ਵਿੱਚ ਬਹੁਤ ਸਾਰਾ ਤਨ ਖਰਚ ਹੁੰਦਾ ਹੈ ਰਗੜ ਭਾਰੀ ਵਸਤੂਆਂ ਦੇ ਚੱਲਣ ਵਿੱਚ ਔਖ ਬਣਾਉਂਦੀ ਹੈ ਰਗੜ ਕਾਰਨ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਪੈਂਚ ਬੋਲ ਲੈਪਿੰਗ ਅਤੇ ਜੁੱਤੀਆਂ ਦੇ ਤਲੇ ਜਲਦੀ ਟੁੱਟ ਜਾਂਦੇ ਹਨ ਇਹ ਗਰਮੀ ਅਤੇ ਥੋਣੀ ਊਰਜਾ ਉਤਪੰਨ ਕਰਦੀ ਹੈ ਅਗੇ ਕੁਐਸਚਨ ਨੰਬਰ 13ਵਾਂ ਹੈਗਾ ਬਿਜਲੀ ਕਰਮਚਾਰੀ ਰਗੜ ਦੇ ਦਸਤਾਨੇ ਅਤੇ ਜੁੱਤੀਆਂ ਕਿਉਂ ਪਹੁੰਦੇ ਹਨ ਬਿਜਲੀ ਕਰਮਚਾਰੀ ਬਿਜਲੀ ਦੇ ਤਾਰਾਂ ਤੇ ਰਿਪੇਅਰ ਕਰਦੇ ਸਮੇਂ ਜਾਂ ਬਿਜਲੀ ਦੇ ਉਪਕਰਨਾਂ ਨੂੰ ਰਿਪੇਅਰ ਕਰਦੇ ਸਮੇਂ ਰਬੜ ਦੇ ਦਸਤਾਨੇ ਅਤੇ ਰਬੜ ਦੀਆਂ ਜੁੱਤੀਆਂ ਪਾਉਂਦੇ ਹਨ ਕਿਉਂਕਿ ਰਬੜ ਬਿਜਲੀ ਦੁਆਰਾ ਕੋਚਾਲਕ ਬਿਜਲੀ ਦੀ ਕੋਚਾਲਕ ਹੈ ਪਾਵੇ ਰਬੜ ਬਿਜਲੀ ਨੂੰ ਆਪਣੇ ਵਿੱਚੋਂ ਲੰਘਣ ਨਹੀਂ ਦਿੰਦੀ ਅਤੇ ਬਿਜਲੀ ਕਰਮਚਾਰੀ ਨੂੰ ਬਿਜਲੀ ਦੇ ਝਟਕੇ ਤੋਂ ਬਚਾਉਂਦੀ ਹੈ ਸੂਨ ਪੱਤਰ ਵਿਜੀ ਦਰਸ਼ਿਤ ਦਾ ਅੰਕਿਤ ਚਿੱਤਰ ਬਣਾਓ ਇਹ ਤੁਸੀਂ ਦੇਖ ਸਕਦੇ ਹੋ ਇਹ ਮਤਲਬ ਤਸਵੀਰ ਬਣੀ ਹੋਈ ਹੈ ਇਹ ਤੁਸੀ ਸੇਮ ਟੂ ਸੇਮ ਪੇਪਰ ਦੇ ਵਿੱਚ ਬਣਾ ਕੇ ਆ ਜਣੀ ਹੈ ਇਥੇ ਤੁਹਾਡੇ ਦੋ ਨੰਬਰ ਪੱਕੇ ਹੋ ਜਾਣਗੇ ਅਗੇ ਕੁਐਸਚਨ ਨੰਬਰ 15ਵਾਂ ਵਿਸ਼ਵ ਵਿਆਪੀ ਮਹਾਮਾਰੀ ਕੀ ਹੈ ਕਿਸੇ ਦੋ ਵਿਸ਼ਵ ਵਿਆਪੀ ਮਹਾਮਾਰੀ ਦੇ ਨਾਮ ਲਿਖੋ ਵਿਸ਼ਵਵਿਆਪੀ ਮਹਾਮਾਰੀ ਵਿਸ਼ਵਵਿਆਪੀ ਮਹਾਮਾਰੀ ਇੱਕ ਅਜੀਬ ਬਿਮਾਰੀ ਹੈ ਜੋ ਦੁਨੀਆ ਜਾਂ ਸੰਸਾਰ ਦੇ ਬਹੁਤ ਵੱਡੇ ਖੇਤਰ ਵਿੱਚ ਫੈਲਦੀ ਹੈ ਅਤੇ ਲੋਕ ਲੱਖਾਂ ਲੋਕਾਂ ਦੇ ਮੌਤ ਦਾ ਕਾਰਨ ਬਣਦੀ ਹੈ ਜਿਵੇਂ ਕੋਵਿਡ-19 ਅਗੇ ਸੋਲਮ ਪ੍ਰਸ਼ਨ ਪ੍ਰਕਾਸ਼ ਦੇ ਪ੍ਰਾਪਰਤਨ ਦੇ ਨਿਯਮ ਲਿਖੋ ਅਤੇ ਲੇਬਲ ਕੀਤਾ ਚਿੱਤਰ ਬਣਾਓ ਪਹਿਲੇ ਤੇ ਨਿਯਮ ਨੇ ਆ ਆਪਤਨ ਕੋਣ ਪ੍ਰਾਪਰਤਨ ਕੋਣ ਦੇ ਹਮੇਸ਼ਾ ਇੱਕ ਦੂਜੇ ਦੇ ਬਰਾਬਰ ਹੁੰਦੇ ਆ ਹੈ ਅਗੇ ਤੁਸੀਂ ਇਹ ਦੇਖ ਸਕਦੇ ਹੋ ਮਤੇ ਤਸਵੀਰ ਬਣੀ ਹੋਈ ਆ ਅਗੇ ਆਪਤ ਅਪਾਤੀਕਨ ਪ੍ਰਾਵਰਤਿਤਕਨ ਅਤੇ ਅਪਾਤੀ ਬਿੰਦੂ ਦੇ ਅਭਿਲੇਮ ਬਾਰੇ ਇੱਕੋ ਤਲ ਵਿੱਚ ਹੁੰਦੇ ਹਨ ਅਗੇ ਕੁਐਸਚਨ ਨੰਬਰ 17 ਨ ਕੋਲੀ ਦੇਪਨਪਨ ਕਿਸਮ ਕਿਹੜੀ ਹੈ ਹਨ ਕੋਲੀ ਦੇਪਨਪਨ ਕਿਸਮ ਹੇਠ ਲਿਖਿਆ ਹੈ ਨ ਪਹਿਲੇ ਹੈਗਾ ਪੀਟ ਲਿਗਨਾਈਟ ਬਿਟੂਮਿਨ ਅਤੇ ਐਥਰੇਸਾਈਟ ਇਹਨਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਹੋਈ ਹੈ ਜੇਕਰ ਤੁਸੀਂ ਪੇਪਰ ਦੇ ਵਿੱਚ ਲਿਖਣਾ ਚਾਹੋ ਤਾਂ ਲਿਖ ਸਕਦੇ ਹੋ ਅਗੇ ਕੁਐਸਚਨ ਨੰਬਰ 18 ਪਰਾਤੁੰਨਿਆ ਕੀ ਹੁੰਦੀ ਹਨ ਮੈਡੀਕਲ ਖੇਤੇ ਵਿੱਚ ਇਹਨਾਂ ਦੇ ਇਹਨਾਂ ਦਾ ਕੀ ਉਪਯੋਗ ਹੈ ਪਰਾਤੁੰਨਿਆ 20000 ਹਜ਼ਾਰ एचजेड ਤੋਂ ਵੱਧ ਅਬਿਲਟੀ ਵਾਲੀਆਂ ਧੁਨੀਆਂ ਨੂੰ ਪ੍ਰਾਤੁਨੀਆਂ ਕਹਿੰਦੇ ਹਨ ਇਹ ਧੁਨੀਆਂ ਮਨੁੱਖੀ ਸੁਣਨ ਯੋਗ ਨਹੀਂ ਹੁੰਦੀ ਆਪਣਾ ਤਾਂ ਕੁਝ ਜਾਨਵਰ ਜਿਵੇਂ ਕੁੱਤਾ ਬਿੱਲੀ ਅਤੇ ਚਮਗਦਰ ਆਦਿ ਇਹਨਾਂ ਧੁਨੀਆਂ ਨੂੰ ਸੁਣ ਸਕਦਾ ਹੈ ਮੈਡੀਕਲ ਖੇਤਰ ਵਿੱਚ ਪ੍ਰਾਤੁਨੀਆਂ ਦੇ ਉਪਯੋਗ ਇਹ ਤੁਸੀਂ ਲਿਖਦੇ ਹੋ ਉਪਯੋਗ ਪ੍ਰਾਤੁਨੀਆਂ ਦੀ ਬੱਤ ਤੋਂ ਕਰਕੇ ਅਸੀਂ ਮਨੁੱਖੀ ਸਰੀਰ ਦੇ ਅੰਦਰ ਅੰਦਰੂਨੀ ਅੰਗਾਂ ਦੀ ਆਇਆ ਆਇਆ ਅਸਮਾਨਤਾਵਾਂ ਦਾ ਪਤਾ ਲੱਗਾ ਸਕਦੇ ਹਾਂ ਅਤੇ ਉਹਨਾਂ ਦਾ ਇਲਾਜ ਕਰ ਸਕਦੇ ਆ ਪਰ ਆਤੂਨੀਆਂ ਦੀ ਬਲਤੋਂ ਕਰਕੇ ਗਰਭ ਅਵਸਥਾ ਵਿੱਚ ਭਰੂਣ ਦੇ ਬਾਦ ਦੇ ਵਿੱਚ ਜਾਣ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ ਭਰੂਣ ਦੇ ਸਾਰੇ ਅੰਗਾਂ ਦੀ ਕਿਰਿਆ ਸੀਲਤਾ ਦੀ ਜਾਣਕਾਰੀ ਵੀ ਪ੍ਰਾਪਤ ਕੀਤੀ ਜਾਂਦੀ ਹੈ ਅੱਗੇ ਭਾਗ ਈ ਨੋਟ ਹਰੇਕ ਪ੍ਰਸ਼ਨ ਤੇ 7 ਅੰਕ ਦੇ ਤੇ ਕੋਈ 7 ਸੱਤ ਕਰਨੇ ਹਨ ਆਪ ਤੁਹਾਨੂੰ ਸਾਰੇ ਹੀ ਕਰਵਾ ਦੇਵਾਂਗੇ ਜਿਸ ਨਾਲ ਤੁਹਾਡੇ ਪੇਪਰ ਦੇ ਵਿੱਚ ਆਸਾਨੀ ਨਾਲ ਸੱਤ ਜ਼ਿਆਦਾ ਰਹਿ ਜਾਣਗੇ ਅਗੇ ਕੁਐਸਚਨ ਨੰਬਰ 19 ਪੈਟਰੋਲੀਅਮ ਸੁਰੱਖਿਆ ਨ ਖੋਜ ਸੀਮਿਤ ਮਤਲਬ ਪੀਸੀ ਪੀਸੀਆਰਏ ਦੁਆਰਾ ਪੈਟਰੋਲ ਡੀਜ਼ਲ ਨੂੰ ਬਚਾਉਣ ਲਈ ਦਿੱਤੇ ਨੁਕਤੇ ਭਾਰਤ ਵਿੱਚ ਪੈਟਰੋਲੀਅਮ ਸੁਰੱਖਿਅਤ ਖੋਜ ਸੀਮਿਤ ਲੋਕਾਂ ਨੂੰ ਸਲਾਹ ਦਿੰਦੀ ਹੈ ਕਿ ਗੱਡੀ ਚਲਾਉਣ ਸਮੇਂ ਕਿਸ ਤਰ੍ਹਾਂ ਪੈਟਰੋਲ ਅਤੇ ਡੀਜ਼ਲ ਬਚਾਇਆ ਬਚਾਈਏ ਉਹਨਾਂ ਦੇ ਨੁਕਤੇ ਹਨ ਪਹਿਲਾ ਨੁਕਤਾ ਹੈਗਾ ਜਿੱਥੋਂ ਤੱਕ ਸੰਭਵ ਹੋਵੇ ਗੱਡੀ ਇੱਕ ਸਮਾਨ ਅਤੇ ਹੋਜੀ ਗਤੀ ਨਾਲ ਚਲਾਓ ਟ੍ਰੈਫਿਕ ਲਾਈਟਾਂ ਤੇ ਜਿੱਥੇ ਤੁਸੀਂ ਇੰਤਜ਼ਾਰ ਕਰਨੀ ਹੋਵੇ ਗੱਡੀ ਦਾ ਇੰਜਣ ਬੰਦ ਕਰ ਦੇਵੋ ਟਾਇਰਾਂ ਵਿੱਚ ਹਵਾ ਦਾ ਦਬਾਅ ਸਹੀ ਰੱਖੋ ਗੱਡੀ ਦੀ ਨਿਜੀ ਸਾਮਸਬਾ ਸੁਨਿਸ਼ਚਿਤ ਕਰੋ ਅਗੇ ਕੁਐਸਚਨ ਨੰਬਰ B ਰੂੜੀ ਖਾਦਾ ਤੇ ਰਸਾਇਣਿਕ ਖਾਦਾ ਵਿਚੰਤਰ ਇਨਾਂ ਵਿੱਚੰਤਰ ਖੇਤ ਲਿਖਿਆ ਹੈ ਆਪਾਂ ਤੁਹਾਨੂੰ ਕਰਵਾ ਦਿੰਨੇ ਆ ਰੂੜੀ ਖਾਦਾ ਅਤੇ ਰਸਾਇਣਿਕ ਖਾਦਾ ਰੂੜੀ ਖਾਦਾ ਇਸ ਆਪਾ ਕਿਰਤਿਕ ਜੈਵਿਕ ਹੁੰਦੀ ਹੈ ਅਤੇ ਇਸ ਇਸ ਵਿੱਚ ਕਾਫੀ ਮਾਤਰਾ ਵਿੱਚ ਕਾਰਬਨ ਹੁੰਦਾ ਹੈ ਪਰ ਰਸਾਇਣਿਕ ਖਾਦਾ ਇਹ ਆਪਾ ਕਿਰਤਿਕ ਅਜੈਵਿਕ ਹੁੰਦੀ ਹੈ ਇਸ ਵਿੱਚ ਕਾਰਬਨ ਨਹੀਂ ਹੁੰਦਾ ਰੂੜੀ ਖਾਦ ਦੀ ਉਦਾਹਰਨ ਹੈਗੀ ਆ ਇਹ ਪਸ਼ੂਆਂ ਦੇ ਗੋਹੇ ਫਸਲਾਂ ਤੇ ਰਹਿੰਦ-ਖੂੰਦ ਅਤੇ ਅਤੇ ਮਨੁੱਖਾਂ ਦੇ ਮਲਬੂਤਰ ਤੋਂ ਤਿਆਰ ਹੁੰਦਾ ਹੈ ਪਰ ਜੋ ਰਸਾਇਣਿਕ ਖਾਦ ਹੁੰਦੀਆਂ ਫੈਕਟਰੀ ਦੇ ਵਿੱਚ ਤਿਆਰ ਹੁੰਦੀਆਂ ਨੇ ਰੂੜੀ ਖਾਦ ਹੁੰਦੀਆਂ ਨੇ ਬਹੁ ਬਹੁ ਮਾਤਰੀ ਪੋਸ਼ਕ ਵਿੱਚ ਨਾਈਟ੍ਰੋਜਨ ਫਾਸਫੋਰਸ ਅਤੇ ਪੋਟਾਸ਼ੀਅਮ ਬੱਧੀ ਮਾਤਰਾ ਵਿੱਚ ਹੁੰਦਾ ਹੈ ਪਰ ਜੋ ਰਸਾਇਣਿਕ ਵਿੱਚ ਹੁੰਦਾ ਹੈ ਰਸਾਇਣਿਕ ਖਾਦ ਵਿੱਚ ਇੱਕ ਵਿਸ਼ੇਸ਼ ਤਰ੍ਹਾਂ ਦੇ ਪੋਸ਼ਕ ਬੱਧੇ ਮਾਤਰਾ ਵਿੱਚ ਹੁੰਦੇ ਹਨ ਆਪਾਂ ਤੁਹਾਨੂੰ ਪੰਜ ਕਰਵਾਵਾਂਗੇ ਕਿਉਂਕਿ ਇੱਦਾਂ ਕੋਈ ਮਤਲਬ ਤਿੰਨ ਅੰਕ ਦਾ ਹੀ ਆ ਅਗੇ ਚੌਥਾ ਪੁਆਇੰਟ ਕਰਵਾ ਦਿੰ ਤੋਹਾਨੂੰ ਇਹ ਮੀਂਹ ਅਤੇ ਧੁੱਪ ਵਿੱਚ ਖਰਾਬ ਨਹੀਂ ਹੁੰਦੇ ਮਤਲਬ ਰੂੜੀ ਖਾਦਾਂ ਹੁੰਦੀਆਂ ਨਹੀਂ ਜੋ ਰਸਾਇਣਿਕ ਖਾਦਾਂ ਹੁੰਦੀਆਂ ਨੇ ਇਹ ਤੇਜ਼ ਧੁੱਪ ਅਤੇ ਮੀਂਹ ਨਾਲ ਖਰਾਬ ਹੋ ਜਾਂਦੀਆਂ ਨੇ ਰੂੜੀ ਖਾਦਾਂ ਮੱਲਰ ਇਹ ਮਿੱਟੀ ਨੂੰ ਮੱਲਰ ਪ੍ਰਦਾਨ ਕਰਦੀ ਹੈ ਰੂੜੀ ਖਾਦਾਂ ਹੁੰਦੀਆਂ ਮੱਲਰ ਪ੍ਰਦਾਨ ਕਰਦੀਆਂ ਹਨ ਪਰ ਜੋ ਰਸਾਇਣਿਕ ਖਾਦਾਂ ਮੱਲਰ ਪ੍ਰਦਾਨ ਨਹੀਂ ਕਰਦੀਆਂ ਜੋ ਰੂੜੀ ਖਾਦਾਂ ਹੁੰਦੀਆਂ ਨੇ ਇਸ ਦੇ ਰੁੱਖ ਰਖਾਅ ਲਈ ਬੱਦ ਤੋਂ ਬੱਦ ਥਾਂ ਦੀ ਲੋੜ ਹੁੰਦੀ ਹੈ ਪਰ ਜੋ ਰੂੜੀ ਮਤਲਬ ਹੋਰ ਰਸਾਇਣਿਕ ਖਾਦਾਂ ਨੇ ਬੋਰੀਆਂ ਦੇ ਵਿੱਚ ਪੈਕ ਕਰ ਦਿੱਤਾ ਜਾਂਦਾ ਹੈ ਲਿਖ ਦੇਣਾ ਇਨਿਕ ਪੁਆਇੰਟ ਲਿਖੋ ਤੇ ਨੰਬਰ ਪੱਕੇ ਹੋ ਜਾਣਗੇ ਅਗੇ ਕੁਐਸਚਨ ਨੰਬਰ 21 ਪਥਰਾਤ ਬਾਲਨ ਦੇ ਬਲਨ ਨਾਲ ਹੋਣ ਵਾਲੇ ਤਿੰਨ ਹਾਨੀਕਾਰਕ ਪ੍ਰਭਾਵ ਬਾਰੇ ਲਿਖੋ ਪਥਰਾਤ ਬਾਲਨ ਦੇ ਬਲਨ ਨਾਲ ਹੋਣ ਬਾਰੇ ਹਾਨੀਕਾਰਕ ਪ੍ਰਭਾਵ ਪਹਿਲਾ ਪ੍ਰਭਾਵ ਹੈਗਾ ਪਥਰਾਤ ਬਾਲਨ ਪਥਰਾਤ ਬਾਲਨ ਦਾ ਬਲਨ ਹਵਾ ਪ੍ਰਦੂਸ਼ਣ ਦਾ ਇੱਕ ਪ੍ਰਮੁੱਖ ਕਾਰਨ ਹੈ ਇਹਨਾਂ ਦੇ ਬਲਨ ਕਾਰਨ ਵਿਸ਼ੂਪ ਤਾਪਨ ਦੀ ਸੁਰੱਖਿਆ ਵੀ ਪੈਦਾ ਹੁੰਦੀ ਹੈ ਪਥਰਾਤ ਬਾਲਨ ਦੇ ਬਲਨ ਨਾਲ ਅਮਲੀ ਬਰਖਾ ਵੀ ਹੁੰਦੀ ਹੈ ਅਗੇ ਕੁਐਸਚਨ ਨੰਬਰ 22 ਇੱਕ ਇੱਕ ਕਿ ਕਿਰਿਆ ਦੱਸ ਇੱਕ ਕਿਰਿਆ ਦੱਸੋ ਕਿ ਬਾਜੂ ਮੰਦਰ ਦਬਾਉ ਉਤਪਨ ਕਰਦਾ ਹੈ ਇਹਦਾ ਉੱਤਰ ਆਜੂਗਾ ਰਬੜ ਰਬੜ ਦਾ ਇੱਕ ਚੁਸਕ ਲਓ ਇੱਕ ਚੁਸਕ ਲਓ ਇਹ ਇੱਕ ਛੋਤੇ ਕੱਪ ਜਿਹਾ ਦਿਖਾਈ ਦਿੰਦਾ ਹੈ ਇਹ ਤਾਂ ਦਿੱਤੇ ਚਿੱਤਰ ਵਿੱਚ ਦਿਖਾਏ ਅਨੁਸਾਰ ਇਸ ਨੂੰ ਇੱਕ ਕਿਸੇ ਸਮਤਲ ਸਤਹ ਤੇ ਜੋੜਨਾ ਦਬਾਓ ਇਸੇ ਸਤਹ ਨਾਲ ਚਿਪਕ ਜਾਂਦਾ ਹੈ ਹੁਣ ਹੁਣ ਇਸ ਨੂੰ ਖਿੱਚ ਕੇ ਇਸ ਸਤਹ ਤੋਂ ਛੁੱਕਣ ਦੀ ਕੋਸ਼ਿਸ਼ ਕਰੋ ਤੁਸੀਂ ਅਜਿਹਾ ਕਰਨ ਵਿੱਚ ਅਸਫਲ ਨਹੀਂ ਹੋਵੋਗੇ ਜਦੋਂ ਤੁਸੀਂ ਚੁਸਕ ਚੁਸਕ ਨੂੰ ਦਬਾਉਂਦੇ ਦਬਾਉਂਦੇ ਹੋਣ ਤੱਕ ਕੱਪ ਅਤੇ ਸਤ੍ਹਾ ਦੇ ਵਿੱਚ ਹਵਾ ਨਿਕਰ ਬਾਹਰ ਨਿਕਲ ਜਾਂਦੀ ਹੈ ਚੁਸਤ ਤੇ ਬਾਜੂਮੰਦਰ ਦਬਾਉ ਲਗਾਉਂਦਾ ਹੈ ਇਸ ਦੇ ਕਾਰਨ ਇਹ ਸਤ੍ਹਾ ਦੇ ਨਾਲ ਚਿਪਕ ਜਾਂਦਾ ਹੈ ਚੁਸਕ ਨੂੰ ਸਤ੍ਹਾ ਤੋਂ ਖਿੱਚ ਕੇ ਵੱਖ ਕਰਨ ਲਈ ਲਗਾਇਆ ਗਿਆ ਬਲ ਇੰਨਾ ਜ਼ਿਆਦਾ ਹੋਣਾ ਚਾਹੀਦਾ ਹੈ ਕਿ ਬਾਜੂਮੰਦਰ ਦਬਾਉ ਦਾ ਪਾਰ ਹੋ ਸਕੇ ਇਸ ਕਿਰਿਆ ਤੋਂ ਪਤਾ ਲੱਗਦਾ ਹੈ ਕਿ ਬਾਜੂਮੰਦਰ ਚਿੱਤਰ ਬਾਜੂਮੰਦਰ ਦਬਾਉ ਦਬਾਉ ਪਾਉਂਦਾ ਹੈ ਅਤੇ ਇਸ ਕਿਰਿਆ ਨੂੰ ਅਸੀਂ ਬਾਜੂਮੰਦਰ ਦਬਾਉ ਦੀ ਮਾਤਰਾ ਨੋ ਅਨੁਮਾਨ ਵੀ ਲਗਾ ਸਕਦਾ ਹੈ ਜੇਕਰ ਸਤਾ ਤੇ ਸਤਾ ਦੇ ਵਿੱਚ ਸਾਰੀ ਹਵਾ ਕੱਢ ਦਿੱਤੀ ਜਾਵੇ ਤਾਂ ਕਿਸੇ ਵੀ ਕਿਸੇ ਵੀ ਵਿਅਕਤੀ ਦੁਆਰਾ ਉਸ ਕਿਸੇ ਸਤਾ ਤੋਂ ਖਿੱਚ ਕੇ ਵੱਖ ਕਰਨਾ ਅਸੰਭਵ ਨਹੀਂ ਹੋਵੇਗਾ ਸੰਭਵ ਨਹੀਂ ਹੋਵੇਗਾ ਅਗੇ ਮਨੁੱਖੀ ਅੱਖ ਦਾ ਇੱਕ ਅੰਕਿਤ ਚਿੱਤਰ ਬਣਾਓ ਇਹ ਤੁਸੀਂ ਮਨੁੱਖੀ ਅੱਖ ਆ ਜੋ ਬਣੀ ਹੋਈ ਹੈ ਇਹਦਾ ਚਿੱਤਰ ਬਣਾਇਆ ਹੋਇਆ ਹੈ ਇਹ ਤੁਸੀਂ ਦੇਖ ਲਓ ਕਿਸ ਪੱਕਾ ਆਪਣਾ ਹੋਣਾ ਹੈ ਤੇ ਇਹਦੇ ਜੋ ਪੁਆਇੰਟ ਹਨ ਉਹ ਵੀ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲੈਣੇ ਹਨ ਅਗੇ ਕੁਐਸਚਨ ਨੰਬਰ 24 ਕੀ ਟੂਨੀ ਖਲਾਫ ਵਿੱਚ ਸੰਚਾਰਿਤ ਹੁੰਦੀ ਹੈ ਜੇਕਰ ਨਹੀਂ ਤਾਂ ਇਹ ਇੱਕ ਕਿਰਿਆ ਨਹੀਂ ਸਮਝਾਓ ਨਹੀਂ ਤੁਨੀ ਦਸਨ ਚ ਖਲਾਫ ਵਿੱਚ ਨਹੀਂ ਹੋ ਸਕਦਾ ਜਿਵੇਂ ਕੀ ਹੇਠਾ ਦਿੱਤੇ ਕਿਰੇ ਵਿੱਚ ਦੱਸਾਇਆ ਗਿਆ ਹੈ ਕਿ ਕਿਰਿਆ ਇੱਕ ਬਿਜਲੀ ਘੰਟੀ ਅਤੇ ਇੱਕ ਕੰਚ ਦੇ ਹਵਾ ਰੋਧੀ ਵੈਲ ਰਾਜ ਨੂੰ ਹਵਾ ਨਿਕਾਸੀ ਪੰਪ ਨਾਲ ਜੋੜੇ ਜਿਸ ਤਰ੍ਹਾਂ ਜਿਸ ਤਰ੍ਹਾਂ ਕੀ ਹੇਠਾ ਦਿੱਤਾ ਚਿੱਤਰ ਵਿੱਚ ਦੱਸਾਇਆ ਗਿਆ ਹੈ ਹੁਣ ਘੰਟੀ ਦਾ ਸਵਿੱਚ ਬਣਾਓ ਦਬਾਓ ਤੇ ਤੁਹਾਨੂੰ ਘੰਟੀ ਦੀ ਆਵਾਜ਼ ਸੁਣਾਈ ਦੇਵੇਗੀ ਹੁਣ ਹਵਾ ਨਿਕਾਸੀ ਪੰਪ ਦੀ ਵਰਤੋਂ ਕਰਕੇ ਬੈਲਾਂਜ ਵਿੱਚੋਂ ਸਾਰੀ ਹਵਾ ਹਵਾ ਨੂੰ ਹੌਲੀ-ਹੌਲੀ ਬਾਹਰ ਕੱਢ ਦਿਓ ਅਠ 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 ਹੁਣ ਫਿਰ ਘੰਟੀ ਦਾ ਸਵਿੱਚ ਦਬਾਓ ਤੇ ਤੁਹਾਨੂੰ ਘੰਟੀ ਦੀ ਆਵਾਜ਼ ਸੁਣਾਈ ਨਹੀਂ ਦੇਵੇਗੀ ਕਿਉਂਕਿ ਹੁਣ ਬੈਲਰੋਜ ਵਿੱਚ ਧੁਨੀ ਦਾ ਸੰਚਾਰ ਲਈ ਕੋਈ ਮਾਧਿਅਮ ਨਹੀਂ ਹੈ ਉਪਰੋਕਤ ਕਿਰਿਆ ਤੋਂ ਇਹ ਸਿੱਧਾ ਹੁੰਦਾ ਹੈ ਕਿ ਧੁਨੀ ਦੇ ਸੰਚਾਰ ਲਈ ਕਿਸੇ ਕਿਸੇ ਮਾਧਿਅਮ ਦਾ ਹੋਣਾ ਜ਼ਰੂਰੀ ਹੈ ਭਾਵ ਧੁਨੀ ਖਲਾਓ ਵਿੱਚ ਸੰਚਾਰ ਨਹੀਂ ਕਰ ਸਕਦੀ ਇਤੋ ਸਿੱਧ ਹੋ ਜਾਂਦੇ ਕਿਰਿਆ ਲਿਖ ਦੇਣੀ ਹੈ ਤੁਸੀਂ ਨੇ ਅਗੇ ਬਲਕਿ ਹੈ ਬਲਕਿ ਹੈ ਸੰਪਰਕ ਬਲ ਅਤੇ ਅਸੰਪਰਕ ਬਲ ਵਿੱਚ ਅੰਤ ਲਿਖੋ ਵਿਗਿਆਨ ਦੇ ਅਨੁਸਾਰ ਕਿਸੇ ਵਸਤੂ ਉੱਤੇ ਲੱਗਣ ਵਾਲੇ ਧੱਕੇ ਜਾਂ ਖਿਚਾਅ ਨੂੰ ਬਲ ਕਹਿੰਦੇ ਹਨ ਸੰਪਰਕ ਬਲ ਉਹ ਬਲ ਜੋ ਉਦੋਂ ਕੰਮ ਕਰਦਾ ਹੈ ਜਦੋਂ ਜਦੋਂ ਵਸਤੂਆਂ ਭੌਤਿਕ ਰੂਪ ਵਿੱਚ ਇੱਕ ਦੂਜੇ ਦੇ ਸੰਪਰਕ ਵਿੱਚ ਆਉਂਦੇ ਹਨ ਸੰਪਰਕ ਬਲ ਕਹਾਉਂਦਾ ਹੈ ਜਿਵੇਂ ਪੈਸੀ ਬਲ ਅਤੇ ਰਗੜ ਬਲ ਆਉਂਦੀ ਅਸੰਪਰਕ ਬਲ ਹੈਗਾ ਉਹ ਬਲ ਜੋ ਦੋ ਵਸਤੂਆਂ ਦੇ ਅਸਲ ਵਿੱਚ ਸੰਪਰਕ ਵਿੱਚ ਆਏ ਬਿਨਾ ਕੰਮ ਕਰਦਾ ਹੈ ਉਸ ਨੂੰ ਅਸੰਪਰਕ ਬਲ ਕਹਿੰਦੇ ਜਿਵੇਂ ਚੁੰਬਕੀ ਬਲ ਅਤੇ ਸਥਿਲੇਜ ਬਿਜਲੀ ਬਲ ਆਂਦੀ ਅਗੇ ਕੁਐਸਚਨ ਨੰਬਰ 22 ਵਿਆਖਿਆ ਕਰੋ ਕਿ ਇੱਕ ਬਲਮੀਕ ਪੋਸਟ ਕਿਵੇਂ ਤਿਆ ਕੀਤੀ ਜਾ ਸਕਦੀ ਹੈ ਇਹ ਤੁਸੀਂ ਦੇਖ ਸਕਦੇ ਹੋ ਅਨਸਰ ਪੂਰੇ ਲਿਖਿਆ ਹੋਇਆ ਅਗੇ ਕੁਐਸਚਨ ਨੰਬਰ 27 ਜੰਗਲਾਂ ਦੇ ਨਸ਼ਟ ਹੋਣ ਦੇ ਕੀ ਸਿੱਟੇ ਜੰਗਲਾਂ ਦੇ ਨਸ਼ਟ ਹੋਣ ਦੇ ਕੀ ਸਿੱਟੇ ਹੁੰਦੇ ਹਨ ਪਹਿਲਾ ਹੈਗਾ ਕਈ ਜੰਗਲ ਪੂਰੀ ਤਰ੍ਹਾਂ ਨਸ਼ਟ ਹੋ ਗਏ ਹਨ ਬਗਾਂ ਦੇ ਬਹੁਤ ਜ਼ਿਆਦਾ ਸ਼ਿਕਾਰ ਕਰਨਾ ਕਾਰਨ ਨਾਲ ਪੋਜਨ ਲੜੀ ਨਸ਼ਟ ਹੋ ਗਈ ਹੈ ਅਗੇ ਪਾਲਤੂ ਪਾਲਤੂ ਪਸ਼ੂਆਂ ਦਾ ਬਾਰ-ਬਾਰ ਚਰਨ ਨਾਲ ਨਾਰਕ ਨਾਰਤਕੀ ਜੰਗ ਨਸ਼ਟ ਹੋ ਗਏ ਹਨ ਪਾਲਤੂ ਪਸ਼ੂਆਂ ਦੇ ਬਾਰ-ਬਾਰ ਚਰਨਾ ਮਿੱਟੀ ਨਰਮ ਹੋ ਗਈ ਹੋ ਗਈ ਹੈ ਜਿਹੜੀ ਕਿ ਹਵਾ ਤੇ ਪਾਣੀ ਨਾਲ ਆਸਾਨੀ ਨਾਲ ਖੋ ਸਕਦੀ ਹੈ ਪਾਪ ਪੋਖ ਹੋ ਸਕਦਾ ਹੈ ਅਗੇ ਕੁਐਸਚਨ ਨੰਬਰ 28 ਬਲ ਰਗੜ ਬਲ ਨੂੰ ਘਟਾਉਣ ਘਟਾਉਣ ਦੇ ਲਈ ਕੁਝ ਵਿਧੀਆ ਲਿਖੋ ਪਹਿਲੇ ਹੈਗਾ ਸੰਪਰਕ ਵਿੱਚ ਸੰਪਰਕ ਵਿੱਚ ਆਉਣ ਵਾਲੀ ਸਤ੍ਹਾ ਨੂੰ ਬਥੇਰੇ ਸੰਤਜ ਚਿਕਨਾ ਕਰਕੇ ਸੰਪਰਕ ਵਿੱਚ ਆਉਣ ਵਾਲੀ ਸਤ੍ਹਾ ਦੇ ਬਾਰੀਕ ਪਾਊਡਰ ਜਾਂ ਤੇਲ ਅਤੇ ਗ੍ਰੀਸ ਵਰਗੇ ਸਨੇਹਕ ਪਦਾਰਥ ਲਗਾ ਕੇ ਤੱਲੇ ਵਿੱਚ ਗਤੀ ਕਰਨ ਕਰਨ ਵਾਲੀਆਂ ਵਸਤੂਆਂ ਦੀ ਵਿਸ਼ੇਸ਼ ਸਕਰ ਬਣਾ ਕੇ ਤੇਲੇ ਦੋਸਤੋ ਇਹ ਵੀ ਪ੍ਰਤੀ ਸਬੰਧਤ ਹੁੰਦਾ ਹੈ ਜੇਕਰ ਤੁਹਾਨੂੰ ਵੀਡੀਓ ਬਧੀਏ ਲੱਗੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦੇਣਾ ਤੇ ਆਪਾਂ ਫਿਰ ਮਿਲਾਂਗੇ ਅਗਲੀ ਵੀਡੀਓ 'ਚ ਓਕੇ ਦੋਸਤੋ